ਤਾਂ ਇੱਥੇ ਬਹਿ ਕੇ ਹੀ ਸਾਰਾ ਸਵਾਦ ਲੈਣਾ। ਮੈਨੂੰ ਲੁਧਿਆਣੇ ਵਾਲੇ ਮੈਸੇਜ ਕਰੀ ਜਾਂਦੇ ਇੱਧਰ ਧੁੱਪ ਆ ਇੱਧਰ ਧੁੱਪ ਆ, ਬਈ ਮੋਹਾਲੀ 'ਚ ਬਸੋ ਛੱਡੋ ਭੈਣ ਚ ਲੁਧਿਆਣਾ ਲੁਧਿਆਣਾ ਇੱਥੇ ਸੈੱਟ ਹੋ ਆ ਚੈੱਕ ਕਰੋ ਆ ਕਿਆ ਬਾਤ ਅੰਦਰ ਭਜੋ ਭੈਣ ਚ ਅੰਕੁਸ਼ ਠਾਕੁਰ ਯੋ ਹਾਂ ਆਹਾਂ ਆਹਾਂ ਆਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਜੀ ਸਾਰੇ ਠੀਕ ਠਾਕ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅਤੇ ਸਵਾਗਤ ਹੈ ਤੁਹਾਡਾ ਫਿਰ ਤੋਂ ਨਵੇਂ ਵਲੋਗ 'ਚ। ਅਤੇ ਪਹਿਲਾਂ ਤਾਂ ਸਾਰੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਵਿਆਹ ਵਾਲਾ ਵਲੋਗ ਕਿੱਦਾਂ ਲੱਗਾ, ਵਧੀਆ ਲੱਗਿਆ, ਇੰਜੋਏ ਹੋਇਆ ਤੁਹਾਡਾ ਸਾਰਿਆਂ ਦਾ? ਅਤੇ ਬਾਕੀ ਆਪਾਂ ਵਿਆਹ ਤੋਂ ਕੱਲ੍ਹ ਆ ਗਏ ਸੀਗੇ ਪਿੰਡੋਂ, ਅਤੇ ਰਾਤ ਨੂੰ ਆਇਆ ਲੇਟ, ਅਤੇ ਲੇਟ ਮੈਂ ਸੁੱਤਾ ਅਤੇ ਲੇਟ ਮੈਂ ਉੱਠਿਆ ਹਾਂ, ਅਤੇ ਹੁਣ ਥੋੜ੍ਹੀ ਸਿਹਤ ਹੀ ਸੈੱਟ ਨਹੀਂ ਸੀਗੀ, ਅਤੇ ਮੈਂ ਕਿਹਾ ਚਲੋ ਚਾਹ ਬਣਾਉਂਦੇ ਹਾਂ ਆਪ ਹੀ। ਅਤੇ ਚਲੋ ਅਤੇ ਸਾਰੇ ਜਣੇ ਵਲੋਗ ਦੇ ਨਾਲ ਜੁੜੇ ਰਹੀਓ, ਜੋ ਹੋਊਗਾ ਅੱਜ ਐਤਵਾਰ ਦਾ ਦਿਨ ਆ, ਜੋ ਹੋਊਗਾ ਤੁਹਾਡੇ ਨਾਲ ਹੀ ਆ। ਆਪਾਂ ਮੈਦਰੋ ਆ ਛੋਟੇ ਜਿਹੇ ਬਣਾਉਂਦੇ, ਵੱਡਾ ਵਿਆਹ ਧੋਣ ਵਾਲਾ, ਅਤੇ ਆਪਣੇ ਕੋਲ ਧੋਣ ਵਾਲਾ ਕੰਮ ਹੈ ਨਹੀਂ, ਆਪਾਂ ਨੂੰ ਧੋਣਾ ਧੋਣਾ ਨਹੀਂ ਆਉਂਦਾ, ਧੋਣਾ ਔਖਾ ਲੱਗਦਾ। ਅਤੇ ਆਹ ਦੇਖ ਲਓ ਪਤਾ ਨਹੀਂ ਕੀ ਡਿੱਗਿਆ ਹੋਇਆ, ਇੱਦਾਂ ਹੀ ਪਿਆ ਸਭ ਕੁਛ, ਆ ਮੈਗੀ ਦੇ ਪੈਕਟ 'ਚ ਨਿੰਬੂ, ਕਿਆ ਵਾ ਕਿਆ ਨਿੰਬੂ ਵਾਲੀ ਮੈਗੀ। ਬੰਦਰਾ ਪੁੱਤ ਬਣ ਕੇ ਇੱਧਰ ਆ, ਆਹ ਕੀ ਕੀਤਾ ਹੈ, ਆਹ ਕਿਹੜੇ ਕੰਮ ਆ ਤੇਰੇ, ਤੈਨੂੰ ਬਾਹਰ ਕਾਹਦੇ ਵਾਸਤੇ ਕਮਾਈ ਦਾ, ਇੱਧਰ ਆ ਸਾਲਾ, ਇੱਧਰ ਆ ਇੱਧਰ ਆ, ਆਹ ਕੀ ਕੰਮ ਆ, ਡੈਡੀ ਸਾਹਿਬ ਕਰੂ ਤੇਰਾ, ਇਹ ਅਕਲ ਹੈ ਨਹੀਂ ਤੈਨੂੰ, ਲੈ ਕੇ ਜਾਂਦਾ ਅੱਜ ਤੋਂ ਬਾਅਦ ਤੈਨੂੰ ਮੈਂ ਬਾਹਰ, ਹੁਣ ਡਾਕਟਰ ਲੁੱਕ ਲੁੱਕ ਕੇ ਦੇਖਦਾ ਮੈਨੂੰ, ਲੈ ਕੇ ਜਾਂਦਾ ਅੱਜ ਤੈਨੂੰ ਬਾਹਰ, ਜਦੋਂ ਕਰਨਾ ਹੀ ਘਰੇ ਹੁੰਦਾ ਫਿਰ ਬਾਹਰ ਕਿਉਂ ਜਾਂਦਾ, ਆਹ ਦੇ ਸਿਆਣਾ ਪੁੱਤ, ਤੈਨੂੰ ਜਮਾਂ ਅਕਲ ਨਹੀਂ, ਡਰਦਾ ਪਿਆ ਹੁਣ। ਅਤੇ ਇੱਧਰ ਗਪਾ ਲਿਆ ਆਪਾਂ, ਪਤਾ ਨਹੀਂ ਹੁਣ ਚਾਹ ਕਿੱਦਾਂ ਦੀ ਬਣੂਗੀ, ਅਤੇ ਆਪਾਂ ਆਪਣੇ ਵੱਲੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਪੱਤੀ ਠੋਕ ਦੀ ਪੱਤੀ। ਸਵੇਰੇ ਸਵੇਰੇ ਚਾਹ ਨਾ ਮੈਕਰੋਨੀ ਕੌਣ ਖਾਂਦਾ ਜੀ, ਹੈਂ ਵਾਹ ਵੇ ਤੇਰੇ, ਇਹਨੂੰ ਮੇਰੇ ਮੂਹਰੇ ਸਾਈਡ 'ਤੇ ਲੈ ਜਾ, ਮੈਂ ਤਾਂ ਸਿਰਫ ਚਾਹ ਪੀਊਂਗਾ ਦੋ ਘੁੱਟ। ਇੱਦਾਂ ਹੀ ਆ ਫਿਰ, ਆਹ ਥੱਲੇ ਤਾਂ ਤੂੰ ਪਹਿਲਾਂ ਤੋਂ ਗੰਦ ਪਾਇਆ ਹੋਇਆ, ਮੇਰਾ ਨਹੀਂ ਹੈਗਾ ਇਹ। ਚਲੋ ਇਹ ਤਾਂ ਪਾਣੀ ਮੇਰੇ ਸੇ ਰਾਤ ਕੋ ਗਿਰਾ ਥਾ ਨਾ, ਫਿਰ ਮੇਰੇ ਕੋ ਹੋਸ਼ ਨਹੀਂ ਥੀ ਕਿ ਮੈਂ ਕਿਆ ਬੋਲਦੀ ਇਸ ਪੇ ਇਸਕੋ ਸਾਫ ਕਰੂੰ, ਬੜੇ ਛਾਪੜੋ ਛਾੜੀ ਤੁਮਨੇ ਬੜੀ ਅੱਛੀ ਕਰਤੀ, ਚਲੋ ਇਟਸ ਓਕੇ। ਬਾਣ ਬਾਣ ਕੀ ਕਿ ਨਹੀਂ ਹੁਣ ਬੋਲੋਗੇ ਤਾਂ ਤੁਮ ਫਿਰ ਸੇ ਮੂੰਹ ਬਣਾਓਗੇ। ਹਾਂ 2 ਮਿੰਟ ਪਹਿਲੇ ਬੰਦ ਕਰ, ਇਹ ਐਸੇ ਰੱਖੋ ਇਸਕੋ ਕੰਮਾ, 2 ਮਿੰਟ ਪਹਿਲੇ ਹੋਰ ਕੁਝ ਹੋਣਾ ਚਾਹੀਦਾ, ਹੋਰ ਕੁਝ ਵੀ ਹੋਵੇ। ਔਰ ਅਬ ਮੈਂ ਨਹੀਂ ਕਹੂੰਗੀ ਬਾਰਸ਼ ਇਤਨਾ ਕਰ ਖਾ ਲੋ। ਮੈਕਰੋਨੀ ਮੈਂ ਖਾਣੀ ਨਹੀਂ, ਮੈਂ ਇਹ ਖਾ ਸਕਦਾ, ਇਹ ਖਾ ਲੋ ਔਰ ਦੂਜਾ ਖਾਣਾ ਉਹ ਖਾ ਲੋ। ਅੱਜ ਸਫਾਈ ਹੋ ਰਹੀ ਫਲੈਟ ਦੀ, ਆਹ ਫੜ ਚੱਲ ਸਾਰਾ ਕਰ ਦੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ, ਚਾਦਰਾਂ ਚੁਦਰਾਂ ਧੋ ਦੇ, ਓਕੇ ਮਾਰਾਂ ਤੇਰੇ ਥੱਪੜ ਹੈਂ। ਜੀ ਦੋਸਤੋ ਮੈਂ ਨਾ ਅੱਗੇ ਤਿਆਰ ਹੋ ਚੁੱਕਾ, ਅਤੇ ਚਲੋ ਅੰਦਰ ਚਲੋ ਅੰਦਰ ਚਲੋ ਅੰਦਰ, ਤੁਸੀਂ ਤੁਸੀਂ ਕਿਤੇ ਨਹੀਂ ਜਾਣਾ ਬਾਹਰ, ਠੀਕ ਆ, ਤੁਹਾਡਾ ਕੰਮ ਆ ਅੰਦਰ ਬਹਿਣਾ। ਅਤੇ ਸ਼ੀਨੂ ਨੇ ਕਰਤੀ ਸਫਾਈ ਸਾਰੀ, ਕਿਆ ਬਾਤ, ਹਾਲੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਤੂੰ ਸਫਾਈ ਹੋਈ ਆ, ਦੇਖੋ ਜੀ ਮੈਨੂੰ ਚੈੱਕ ਕਰ ਰਹੀ ਕਿ ਤਿਆਰ ਤਿਉਰ ਹੋ ਕੇ ਕਿੱਥੇ ਚੱਲਾ, ਇਹ ਇੱਦਾਂ ਹੀ ਆ ਫੇ, ਆ ਘਾਹ ਨੂੰ ਪਾਣੀ ਪੂਣੀ ਪਾ ਦੀ, ਠੀਕ ਆ ਸਾਰਾ, ਗੱਡੀ ਧੋ ਦੀ ਮੇਰੀ, ਘੁੰਮਣ ਕਿਤੇ ਤਾਂ ਜਾਊਂਗਾ ਜੀ, ਠੀਕ ਹੈ ਜਾਵਾਂ। ਤੁਸੀਂ ਅੱਜ ਸਾਰੇ ਫਲੈਟ ਦੀ ਸਫਾਈ ਕਰਨੀ ਹੈ, ਐਤਵਾਰ ਦਾ ਦਿਨ ਇੱਕ ਛੁੱਟੀ ਕਰਿਆ ਕਰੋ, ਕਿਤੇ ਘੁੰਮਣ ਤੁਸੀਂ ਆ ਬੋਲ, ਐਤਵਾਰ ਕੇ ਦਿਨ ਘੁੰਮਣ ਜਾਇਆ ਕਰਨਾ, ਮੈਂ ਬੋਲਦਾ ਐਤਵਾਰ ਕੇ ਦਿਨ ਸਫਾਈ ਕਰਾ ਕਰਾਂ। ਤੋ ਆ ਚੈੱਕ ਕਰੋ ਜੀ ਇੱਥੇ ਦਾ ਮਾਹੌਲ, ਇੱਧਰ ਧੁੱਪ ਆ ਅਤੇ ਉੱਧਰ ਮਾਹੌਲ ਚੈੱਕ ਕਰੋ, ਕਹਿੰਦੇ ਮੀਂਹ ਪੈ ਰਿਹਾ ਉੱਧਰਲੇ ਪਾਸੇ ਅਤੇ ਇੱਧਰ ਵੀ ਮੀਂਹ ਪਊਗਾ, ਆ ਦੇਖੋ ਬਿਲਡਿੰਗਾਂ ਕਿੱਡੀਆਂ ਕਿੱਡੀਆਂ, ਭੈਣ ਜੋ ਇੱਧਰ ਚੱਲ ਰਹੀ ਆ, ਸਵਾਦ ਲੈ ਰਹੇ ਰੋਟੀ ਪਰੌਂਠੇ ਨਾਲ, ਭੈਣ ਜੋ ਬਿਲਡਿੰਗਾਂ ਦਾ ਸਵਾਦ, ਕਿਆ ਬਾਤ ਹੈ, ਵਿਊ ਮਕਲੋੜਗੰਜ ਬੈਠੇ ਭਾਅ ਜੀ ਭੈਣ ਚੋ, ਆਹ ਹੋ ਗਿਆ ਮੌਸਮ ਸੈੱਟ ਮਿੱਤਰੋ, ਮੀਂਹ ਆਉਣ ਲੱਗ ਗਿਆ, ਕਿਆ ਬਾਤ ਹੈ, ਫੋਨ ਨਾ ਬਸ ਥੱਲੇ ਡਿੱਗ ਜੇ, ਹੋਰ ਤਾਂ ਕੋਈ ਚੱਕਰ ਨਹੀਂ। ਅਤੇ ਭਾਅ ਜੀ ਵੀਡੀਓ ਐਡਿਟ ਕਰਾਉਣ ਲੱਗੇ ਮੇਰੇ ਤੋਂ, ਪੈਸੇ ਲੈਣੇ ਇਹਨਾਂ ਤੋਂ ਵੀਡੀਓ ਐਡਿਟ ਦੇ, ਠੀਕ ਆ ਭਾਅ ਜੀ, ਕਿ ਤੁਸੀਂ ਚਾਹ ਚੂਹ ਬਣਾ ਕੇ ਪਿਲਾ ਦੇਣੀ ਉਹਦੀ। ਅਤੇ ਅੱਜ ਸਵਾਦ ਆ ਗਿਆ ਐਤਵਾਰ ਦਾ, ਹੈ ਨਾ ਭਾਅ ਜੀ, ਕਹਿੰਦੇ ਨਾ ਐਤਵਾਰ ਦਾ ਸਵਾਦ ਆ ਗਿਆ ਅੱਜ, ਕਿਉਂਕਿ ਕੱਲ੍ਹ ਤੋਂ ਫਿਰ ਡਿਊਟੀ ਸ਼ੁਰੂ ਆ ਜਿੰਮ ਵਾਲੀ, ਅਤੇ ਅੱਜ ਵਧੀਆ ਚੀਜ਼ ਹੋ ਗਈ, ਮੀਂਹ ਦੇਖਦੇ ਹਾਂ ਕਿੰਨਾ ਕੁ ਤੇਜ਼ ਪੈਂਦਾ, ਹਾਲੇ ਤਾਂ ਮਾੜਾ ਮਾੜਾ ਮੀਂਹ ਆ ਰਿਹਾ। ਉੱਧਰੋਂ ਹੋ ਗਈ ਸ਼ੁਰੂਆਤ ਮੀਂਹ ਦੀ, ਅਤੇ ਮੀਂਹ ਪੈਣ ਲੱਗ ਗਿਆ ਜ਼ੋਰਾਂ ਸ਼ੋਰਾਂ ਨਾਲ, ਥੱਲੇ ਸੜਕਾਂ ਹੋ ਗਈਆਂ ਗਿੱਲੀਆਂ,
ਤੇ ਇਹ ਤੋਂ ਬਾਅਦ ਦਾਰੂ ਵਾਲਾ ਪ੍ਰੋਗਰਾਮ ਸ਼ਾਇਦ ਬਣ ਜੇ ਤੇ ਬਾਕੀ ਨਾ ਵੀ ਬਣੇ ਤਾਂ ਵੀ ਵਧੀਆ ਗੱਲ ਆ ਬਸ ਸਵਾਦ ਲਓ ਸਵਾਦ ਚੈੱਕ ਕਰੋ ਬਾਈ ਭੈਣ ਜੋ ਹਵਾ ਦੇ ਨਾਲ ਪਾਣੀ ਕਿੱਦਾਂ ਆਉਂਦਾ ਪਿਆ ਕਿਆ ਬਾਤ ਹੈ ਓਏ ਸਵਾਦ ਆ ਗਿਆ ਬਾਬੇ ਸਵਾਦ ਆਪ ਵੀ ਅਸੀਂ ਗਿੱਲੇ ਹੋਈ ਜਾਂਦੇ ਮਾੜੇ ਮਾੜੇ ਕਿਆ ਬਾਤ ਹੈ ਓਏ ਹੋਏ 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 ਹੁਣ ਆਇਆ ਨਾ ਧਰਮ ਚੱਲ ਵਾਲਾ ਕਿਆ ਬਾਤ ਹੈ ਨਾ ਇੱਥੇ ਬਹਿ ਕੇ ਹੀ ਸਾਰਾ ਸਵਾਦ ਲੈ ਲੈਣਾ ਮੈਨੂੰ ਲੁਧਿਆਣੇ ਵਾਲੇ ਮੈਸੇਜ ਕਰੀ ਜਾਂਦੇ ਇੱਧਰ ਧੁੱਪ ਆ ਇੱਧਰ ਧੁੱਪ ਆ ਬਈ ਮੋਹਾਲੀ 'ਚ ਬਸੋ ਛੱਡੋ ਭੈਣ ਚ ਲੁਧਿਆਣਾ ਲੁਧਿਆਣਾ ਇੱਥੇ ਸੈੱਟ ਵਾਹ ਚੈੱਕ ਕਰੋ ਵਾਹ ਕਿਆ ਬਾਤ ਅੰਦਰ ਭਜੋ ਭੈਣ ਯਾ ਕੀ ਹਾਲ ਹੋ ਗਿਆ ਬਾਈ ਜੀ ਆ ਕੀ ਹਾਲ ਹੋ ਗਿਆ ਆ ਧੁੱਪ ਦੇ ਵਿੱਚ ਮੀਂਹ ਸਾਡਾ ਸਾਰਾ ਮੌਸਮ ਹੀ ਖਰਾਬ ਹੋ ਗਿਆ ਭਾਜੀ ਦਿਨ ਹੀ ਖਰਾਬ ਹੋ ਗਿਆ ਭਾਜੀ ਐਤਵਾਰ ਸਹੀ ਗੱਲ ਨਹੀਂ ਇੰਨਾ ਵਧੀਆ ਮੌਸਮ ਬਣਿਆ ਸੀ ਆ ਕੀ ਹੋ ਗਿਆ ਆ ਧੁੱਪ 'ਚ ਮੀਂਹ ਪੈਣ ਲੱਗ ਗਿਆ ਸਾਲਾ ਸ਼ਿਟ ਮੈਨ ਹਾਂਜੀ ਦੋਸਤੋ ਅਤੇ ਰਾਤ ਹੋ ਚੁੱਕੀ ਆ ਸਾਰਾ ਦਿਨ ਅਸੀਂ ਮੀਂਹ ਦਾ ਇੰਜੋਏ ਕੀਤਾ ਵਿੱਚ ਮੀਂਹ ਰੁਕ ਗਿਆ ਸੀ ਧੁੱਪ 'ਚ ਮੀਂਹ ਪੈਂਦਾ ਰਿਹਾ ਅਤੇ ਫਿਰ ਅੰਦਰ ਬਹਿ ਗਏ ਅਸੀਂ ਆਪਣੀ ਤਾਸ਼ ਤੂਸ਼ ਖੇਡਦੇ ਰਹੇ ਉੱਦਾਂ ਹੀ ਇੰਜੋਏ ਕਰਦੇ ਰਹੇ ਅਤੇ ਹੁਣ ਸ਼ਿਵਾਨੀ ਦਾ ਫੋਨ ਆਇਆ ਸੀ ਮੈਨੂੰ ਕਿ ਸਮਾਨ ਲੈ ਕੇ ਆਉਣਾ ਫਲੈਟ ਲਈ ਪੂਜਾ ਦਾ ਸਮਾਨ ਲੈਣਾ ਪੂਜਾ ਦਾ ਸਮਾਨ ਲੈਣਾ ਸੀ ਕਿ ਖਾਣ ਪੀਣ ਦਾ ਸਮਾਨ ਲੈਣਾ ਸੀ ਪੂਜਾ ਦਾ ਸਮਾਨ ਲੈਣਾ ਸੀ ਹੈਂ ਜਿਹੜੇ ਤੈਨੂੰ ਪਸੰਦ ਆ ਉਹ ਲੈ ਲਾ ਇੰਨੇ ਤਰ੍ਹਾਂ ਦੇ ਬਿਸਕਿਟ ਪਏ ਆ ਗੁੱਡੇ ਇੱਕ ਇੱਕ ਸਾਰਾ ਹੀ ਲੈ ਲਿਆ ਇੱਕ ਇੱਕ ਲੈ ਲਾ ਸਾਰੇ ਕਿਹੜਾ 100-100 ਰੁਪਏ ਦਾ ਪੈਕਟ ਆ 100 ਦਾ ਹੁੰਦਾ ਤਾਂ ਮੈਂ ਸੋਚਦਾ ਦੇਖ ਲਓ ਜੀ ਪੂਜਾ ਦਾ ਸਮਾਨ ਲੈਣ ਆਈ ਸੀ ਖਾਣ ਦਾ ਲਿਫਾਫਾ ਪੂਰਾ ਭਰ ਲਿਆ ਇਹਨੇ ਅਤੇ ਸੱਚ ਦੱਸਿਆ ਕਰਨਾ ਤੂੰ ਡੋਸਾ ਵੀ ਖਾਣਾ ਸੀ ਤਾਂ ਲੈ ਕੇ ਆਈ ਆ ਮੈਨੂੰ ਹਾਂ ਤੈਨੂੰ ਇੰਨਾ ਸਵਾਦ ਲੱਗਾ ਇਹਨਾਂ ਦਾ ਡੋਸਾ ਬੰਦਾ ਕਮ ਸੇ ਕਮ ਪੁੱਛ ਲੈਂਦਾ ਕਿ ਤੁਸੀਂ ਖਾਣਾ ਕਿ ਨਹੀਂ ਖਾਣਾ ਨਿਊ ਹੈ ਵੋ ਪਲੀਜ਼ ਚੈਨਲ ਕੋ ਸਬਸਕ੍ਰਾਈਬ ਕਰਨਾ ਥੈਂਕ ਯੂ ਸੋ ਮਚ ਗੁੱਡ ਨਾਈਟ